ਸਤਿ ਸ਼੍ਰੀ ਅਕਾਲ, ਮੈਂ ਹਾਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ ਕ੍ਰਿਕਟ ਬੋਰਡ ਦੇ ਫੈਸਲੇ ਤੋਂ ਬਾਗੋ ਬਾਗ, ਕਿਹਾ ਧੀਆਂ ਨੂੰ ਕੁੱਖ ਵਿੱਚ ਕਤਲ ਨਾ ਕਰਵਾਓ। ਸੰਗਰੂਰ ਦੇ ਪਿੰਡ ਵਿੱਚ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ਤੇ ਛਾਪਾ, ਨਮੂਨੇ ਲੈ ਕੇ ਜਾਂਚ ਲਈ ਭੇਜਿਆ। ਮਲੇਰਕੋਟਲਾ ਦੇ ਪਿੰਡ 'ਚ ਦਲਿਤ ਮਜ਼ਦੂਰ ਦੀ ਕੁੱਟਮਾਰ, ਸਰਪੰਚ ਦੇ ਪਤੀ ਨੇ ਦੱਸਿਆ ਮਾਮਲਾ ਸਿਆਸਤ ਤੋਂ ਪ੍ਰੇਰਿਤ। ਅਤੇ ਖੰਨਾ 'ਚ ਸਾਇੰਸ ਅਧਿਆਪਿਕਾ ਨੇ ਕੀਤੀ ਖੁਦਕੁਸ਼ੀ, ਬੇਟੀ ਦੀ ਪੀਆਰ ਨੂੰ ਲੈ ਕੇ ਰਹਿੰਦੀ ਸੀ ਪਰੇਸ਼ਾਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਚੁਣੀ ਗਈ ਹਰਮਨਪ੍ਰੀਤ ਕੌਰ ਦਾ ਪਰਿਵਾਰ ਇਸ ਗੱਲ ਤੋਂ ਬਾਗੋ ਬਾਗ ਹੈ ਕਿ ਉਹਨਾਂ ਦੀ ਬੇਟੀ ਨੂੰ ਇਹ ਮਾਣ ਹਾਸਿਲ ਹੋਇਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਬੇਟੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਦੇਸ਼, ਕੌਮ ਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਣ। ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨੂੰ T20 ਵਰਲਡ ਕੱਪ ਦੀ 15 ਮੈਂਬਰੀ ਟੀਮ ਦੀ ਕੈਪਟਨ ਬਣਾਇਆ ਗਿਆ, ਜਿਸ ਤੋਂ ਬਾਅਦ ਹਰਮਨ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ। ਇਸ ਬਾਰੇ ਗੱਲਬਾਤ ਕਰਦੇ ਹਰਮਨ ਦੇ ਪਿਤਾ ਹਰਮਿੰਦਰ ਸਿੰਘ ਨੇ ਕਿਹਾ ਹੈ ਕਿ ਉਹ BBCI ਦਾ ਧੰਨਵਾਦ ਕਰਦੇ ਨੇ ਕਿ ਉਹਨਾਂ ਦੀ ਬੇਟੀ ਨੂੰ ਕੈਪਟਨ ਬਣਾਉਣ ਦੇ ਕਾਬਿਲ ਸਮਝਿਆ। ਮੈਂ ਤਾਂ ਇਸ ਗੱਲ 'ਤੇ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਬੇਟੀ ਨੂੰ ਇੰਡੀਆ ਟੀਮ ਦੀ T20 ਕੈਪਟਨ ਚੁਣਿਆ ਗਿਆ ਵਾ। BBCI ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੇਟੀ ਨੂੰ ਇਹਦੇ ਯੋਗ ਸਮਝਿਆ। ਪਰ ਮੇਰੀ ਹੁਣ ਪਰਮਾਤਮਾ ਅੱਗੇ ਹੀ ਅਰਦਾਸ ਆ ਕਿ ਪੂਰੀ ਟੀਮ ਇੰਡੀਆ ਇਕਜੁੱਟ ਹੋ ਕੇ ਖੇਡੇ ਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੇ ਤੇ ਵਰਲਡ ਕੱਪ ਜਿੱਤ ਕੇ ਲੈ ਕੇ ਆਏ। ਨਹੀਂ, ਰੀਸੈਂਟ ਸੀਰੀਜ਼ ਕਿੱਥੇ ਖੇਡਣ ਜਾ ਰਹੀ ਹੈ? ਹਾਂਜੀ, ਪਹਿਲਾਂ ਟ੍ਰਾਇ੐ਂਗਲ ਸੀਰੀਜ਼ ਹੈ ਜਿਹੜੀ, ਉਹ ਆਸਟ੍ਰੇਲੀਆ ਵਿੱਚ ਹੋਊਗੀ, ਉਹਦੀ ਬੇਟੀ ਨੂੰ ਕੈਪਟਨ ਬਣਾਇਆ ਗਿਆ। ਫਿਰ ਉਸ ਤੋਂ ਬਾਅਦ ਵਰਲਡ ਕੱਪ ਵੀ, ਉਹ ਵੀ ਆਸਟ੍ਰੇਲੀਆ ਵਿੱਚ ਹੀ ਹੈ, ਉਹਦੇ ਵਿੱਚ ਬੇਟੀ ਨੂੰ ਕਪਤਾਨ ਬਣਾਇਆ ਗਿਆ। ਵਰਲਡ ਕੱਪ ਕਦੋਂ ਹੋ ਰਿਹਾ? ਵਰਲਡ ਕੱਪ ਫਰਵਰੀ 'ਚ ਹੋ ਰਿਹਾ, ਟ੍ਰਾਇਐਂਗਲ ਸੀਰੀਜ਼ ਪਹਿਲਾਂ ਜਨਵਰੀ 'ਚ ਸ਼ੁਰੂ ਹੋਊਗੀ। ਤੁਸੀਂ ਆਮ ਲੜਕੀਆਂ ਮੈਸੇਜ ਕੀ ਦੇਣਾ ਚਾਹੋਗੇ ਲੜਕੀਆਂ ਨੂੰ? ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਹਰ ਪੂਰੇ ਦੇਸ਼ ਵਾਸੀਆਂ ਨੂੰ ਕਿ ਆਪਣੀਆਂ ਬੇਟੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ, ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਦਿਓ। ਚਾਹੇ ਉਹ ਬੇਟੀ ਖੇਡਣਾ ਚਾਹੁੰਦੀ ਆ, ਚਾਹੇ ਪੜ੍ਹਾਈ ਕਰਨਾ ਚਾਹੁੰਦੀ, ਚਾਹੇ ਕੁਛ ਵੀ ਉਹ ਕਿੱਤਾ ਕਰਨਾ ਚਾਹੁੰਦੀ, ਉਹਨੂੰ ਕਰਨ ਦਿਓ। ਇਸ ਤਰ੍ਹਾਂ ਜਿਵੇਂ ਸਾਡੀ ਬੇਟੀ ਨੇ ਸਾਡਾ ਨਾਂ ਰੋਸ਼ਨ ਕੀਤਾ, ਇਸ ਤਰ੍ਹਾਂ ਤੁਹਾਡੀਆਂ ਬੇਟੀਆਂ ਵੀ ਤੁਹਾਡਾ ਨਾਂ ਰੋਸ਼ਨ ਕਰਨਗੀਆਂ, ਉਹਨਾਂ ਨੂੰ ਕੁੱਖਾਂ ਵਿੱਚ ਨਾ ਮਾਰੋ। ਦੱਸ ਦਈਏ ਕਿ ਹਰਮਨਪ੍ਰੀਤ ਕੌਰ ਆਸਟ੍ਰੇਲੀਆ 'ਚ ਹੋਣ ਵਾਲੀ T20 ਟ੍ਰਾਈ ਸੀਰੀਜ਼ ਦੀ ਕਪਤਾਨੀ ਕਰੇਗੀ। ਮੋਗਾ ਤੋਂ ਗੁਰਦੇਵ ਭੰਮ, ਦੈਨਿਕ ਸਵੇਰਾ ਟੀਵੀ। ਸੰਗਰੂਰ ਦੇ ਨੇੜਲੇ ਇੱਕ ਪਿੰਡ ਵਿੱਚ ਛਾਪਾ ਮਾਰ ਕੇ ਨਕਲੀ ਦੁੱਧ ਤਿਆਰ ਕਰਨ ਵਾਲੀ ਫੈਕਟਰੀ ਫੜੀ ਗਈ ਹੈ, ਜਿੱਥੇ ਰੋਜ਼ਾਨਾ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਕੇ ਸਪਲਾਈ ਕੀਤਾ ਜਾਂਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਤਸਵੀਰਾਂ ਨੇ ਸੰਗਰੂਰ ਦੇ ਪਿੰਡ ਸੋਹੀਆਂ ਦੀਆਂ, ਜਿੱਥੇ ਫੈਕਟਰੀ 'ਚ ਤਿਆਰ ਕੀਤਾ ਜਾ ਰਿਹਾ ਨਕਲੀ ਦੁੱਧ ਤੇ ਹੋ ਰਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ। ਦਰਅਸਲ ਫੂਡ ਸੇਫਟੀ ਅਧਿਕਾਰੀ ਅਤੇ ਪੁਲਿਸ ਨੇ ਛਾਪੇਮਾਰੀ ਕਰ ਫੈਕਟਰੀ 'ਚੋਂ ਨਕਲੀ ਦੁੱਧ ਬਣਾਉਣ ਦਾ ਸਮਾਨ ਬਰਾਮਦ ਕੀਤਾ ਹੈ ਤੇ 18 ਟੀਨ ਰਿਫਾਈਨਡ ਤੇਲ ਦੇ ਨਾਲ ਨਾਲ ਹੋਰ ਸਮੱਗਰੀ ਬਰਾਮਦ ਕੀਤੀ ਹੈ। ਮੈਂ ਫੂਡ ਸੇਫਟੀ ਆਫਿਸਰ ਮਾਨਸਾ, ਕਾਨ ਸਿੰਘ ਪੰਨੂ ਕਮਿਸ਼ਨਰ ਸਾਹਿਬ ਸਾਡੇ ਫੂਡ ਸੇਫਟੀ, ਉਹਨਾਂ ਵੱਲੋਂ ਸਪੈਸ਼ਲ ਆਰਡਰਾਂ 'ਤੇ ਮੈਂ ਮਤਲਬ ਇੱਥੇ ਡਿਊਟੀ ਕਰ ਰਿਹਾ ਅਤੇ ਅੱਜ ਅਸੀਂ ਇੱਥੇ ਕਾਫੀ ਸਮਾਨ ਤਾਦਾਦ 'ਚ ਫੜਿਆ DSP ਸਾਹਿਬ ਪੁਲਿਸ ਦੀ ਮਦਦ ਨਾਲ। ਉਹਨਾਂ ਨੇ ਮਤਲਬ ਜੋ 3000 ਲੀਟਰ ਦੁੱਧ 'ਚੋਂ ਇੱਕ ਅਸੀਂ ਸੈਂਪਲ ਲੈ ਚੁੱਕੇ ਹਾਂ। ਉਸ ਤੋਂ ਬਾਅਦ ਗਲੂਕੋਜ਼ ਪਾਊਡਰ ਮਿਲਿਆ ਸਾਨੂੰ, 11 ਗੱਟੇ ਹੈਗੇ ਨੇ ਅਤੇ RM ਮਿਲੀ ਆ, ਉਹਦੇ 'ਚ 175 ਲੀਟਰ ਦੇ ਕਰੀਬ ਹੈਗੀ ਆ ਅਤੇ 18 ਟੀਨ ਰਿਫਾਈਨਡ ਆਇਲ, ਬਨਸਪਤੀ ਆਇਲ ਦੇ, ਅਤੇ ਬਾਕੀ ਹੋਰ ਵੀ ਕੁਛ ਸਮਾਨ, ਉਹ ਹਜੇ ਸਾਡਾ ਪ੍ਰੋਸੈਸ ਚੱਲ ਰਿਹਾ। ਇਹ ਸਾਰੇ ਸੈਂਪਲ ਲੈਬ 'ਚ ਭੇਜ ਕੇ ਇਹਦੀ ਅਗਲੀ ਕਾਰਵਾਈ ਜੋ ਵੀ ਬਣਦੀ ਹੈ। ਕਿੰਨਾ ਕੁ ਦੁੱਧ ਤਿਆਰ ਹੁੰਦਾ ਜਿਹੜਾ ਪ੍ਰੋਡਕਟ ਸਮਾਨ ਮਿਲਿਆ ਜੀ ਇਹਦੇ ਨਾਲ? ਇਹਦੇ ਨਾਲ ਸਰ ਇਹ ਜਿਵੇਂ ਦੱਸ ਰਹੇ ਨੇ ਵੀ ਮਤਲਬ ਡੇਲੀ ਇਹ ਜਿਵੇਂ 4000, 5000 ਜਾਂ 7000 ਲੀਟਰ ਦੁੱਧ 'ਚ ਵੀ ਉਹ ਥੋੜ੍ਹਾ ਮਿਕਸ ਕਰਕੇ ਉਸ 4 mg ਜਾਂ ਫੈਟ ਪਾ ਕੇ ਉਸਦੀ ਫੈਟ ਮਾਤਰਾ ਵਧਾ ਕੇ ਇਹ ਅੱਗੇ ਸਪਲਾਈ ਕਰਦੇ ਸੀ ਸੈਂਟਰ। ਫੂਡ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਇੱਥੋਂ 3000 ਲੀਟਰ ਤੋਂ ਜ਼ਿਆਦਾ ਨਕਲੀ ਦੁੱਧ ਵੀ ਬਰਾਮਦ ਕੀਤਾ ਗਿਆ। ਸਾਡੀ ਟੀਮ ਚੈਕਿੰਗ 'ਤੇ ਸੀਗੀ ਜੀ, ਨੀਅਰ ਬਾਏ ਨਾਕਾ ਲਾਇਆ ਹੋਇਆ ਸੀਗਾ, ਤਾਂ ਉੱਥੇ ਇੱਕ ਇਹਨਾਂ ਨੂੰ ਸਾਡੇ ਮੁਖਬਰ ਨੇ ਇਨਫੋਰਮੇਸ਼ਨ ਦਿੱਤੀ ਕਿ ਇੱਥੇ ਕੋਈ ਅਡਲਟਰੇਟਿਡ ਦੁੱਧ ਵਗੈਰਾ ਦਾ ਜਾਂ ਹੈਗੀ ਹੈ ਇਨਫੋਰਮੇਸ਼ਨ ਕਿ ਉਰੇ ਹੁੰਦਾ, ਤਾਂ ਇਹਨਾਂ ਨੇ ਮੌਕੇ 'ਤੇ ਰੇਡ ਕੀਤੀ ਹੈ। ਰੇਡ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਫੂਡਸ ਜਿਹੜੀ ਹੈਗੀ ਹੈ ਸੇਫਟੀ ਟੀਮ, ਉਹਨਾਂ ਦੇ ਡਾਕਟਰ ਸਾਹਿਬ ਨੂੰ ਜਿਹੜੀ ਵੀ ਟੀਮ ਹੈ ਉਹ ਸਾਰਿਆਂ ਨੂੰ ਬੁਲਾਇਆ ਗਿਆ। ਉਹਨਾਂ ਨੇ ਆ ਕੇ ਉਸ ਤੋਂ ਬਾਅਦ ਸੈਂਪਲ ਚੈੱਕ ਕੀਤੇ ਨੇ, ਇਹਦੇ ਰਿਲੇਟਿਡ ਜਿਹੜੀ ਹੈ ਅਸੀਂ ਅੱਗੇ ਬਣਦੀ ਕਾਰਵਾਈ ਕਰ ਰਹੇ ਹਾਂ।
ਉੱਥੇ ਹੀ ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਗਈ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਏਗੀ। ਸੰਗਰੂਰ ਤੋਂ ਸਚਿਨ ਤਾਂਜਸ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਮਲੇਰਕੋਟਲਾ ਨੇੜਲੇ ਇੱਕ ਪਿੰਡ ਵਿੱਚ ਦਲਿਤ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਐਸਸੀ ਕਮਿਸ਼ਨ ਦੀ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਦੂਜੇ ਪਾਸੇ ਪਿੰਡ ਦੀ ਸਰਪੰਚ ਦੇ ਪਤੀ ਨੇ ਦਲਿਤ ਮਜ਼ਦੂਰ ਦੀ ਕੁੱਟਮਾਰ ਸਬੰਧੀ ਦਰਜ ਕੀਤੀ ਰਿਪੋਰਟ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਅਮਰਗੜ੍ਹ ਦੇ ਨੇੜਲੇ ਪਿੰਡ ਚੱਲ ਵਿਖੇ ਸਰਪੰਚ ਸਣੇ ਧਨਾਡਾ ਵੱਲੋਂ ਦਲਿਤ ਮਜ਼ਦੂਰ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਸੀ ਕਮਿਸ਼ਨ ਦੀ 3 ਮੈਂਬਰੀ ਟੀਮ ਮਲੇਰਕੋਟਲਾ ਦੇ ਹਸਪਤਾਲ ਪਹੁੰਚੀ, ਜਿੱਥੇ ਇਹਨਾਂ ਨੇ ਜੇਰੇ ਇਲਾਜ ਪੀੜਤ ਮਜ਼ਦੂਰ ਰਾਕੇਸ਼ ਕੁਮਾਰ ਦਾ ਹਾਲ ਚਾਲ ਪੁੱਛਿਆ ਤੇ ਉਸ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਵਾਇਆ। ਕਮਿਸ਼ਨ ਦੀ ਟੀਮ 'ਚ ਸ਼ਾਮਿਲ ਸ਼੍ਰੀਮਤੀ ਪੂਨਮ ਕਾਂਗੜਾ, ਸ਼੍ਰੀ ਰਾਜੇਸ਼ ਕੁਮਾਰ ਹੰਸ ਅਤੇ ਦਰਸ਼ਨ ਸਿੰਘ ਵੱਲੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਹ ਜੋ ਬੇਰਹਿਮੀ ਨਾਲ ਕੁੱਟਮਾਰ ਹੋਈ ਇਸ ਦਲਿਤ ਨੌਜਵਾਨ ਨੂੰ, ਉਸ ਦੀ ਕੁੱਟਮਾਰ ਬਾਰੇ, ਉਸ ਦੀ ਸਿਹਤ ਬਾਰੇ ਅਤੇ ਪੁਲਿਸ ਨੇ ਕੀ ਕਾਰਗੁਜ਼ਾਰੀ ਕੀਤੀ ਹੈ, SSP ਡਿਸਟ੍ਰਿਕਟ ਸੰਗਰੂਰ ਨੇ ਕੀ ਕਾਰਵਾਈ ਇਸ ਕੇਸ 'ਚ ਕੀਤੀ ਹੈ, ਸਾਡੀ 3 ਮੈਂਬਰੀ ਸੀਟ ਬਣਾ ਕੇ ਉਹਨਾਂ ਨੇ ਸਾਨੂੰ ਇੱਥੇ ਭੇਜਿਆ। ਇੱਥੇ ਆ ਕੇ ਸਾਰੀ ਅਸੀਂ ਇੱਥੇ ਰਿਪੋਰਟ ਲਈ ਹੈ। ਉਸ ਨੌਜਵਾਨ ਦੇ ਘਰ ਜਾ ਕੇ ਪਿੰਡ ਝੱਲ ਜੋ ਹੈ, ਉਸਦੀ ਮੌਜੂਦਾ ਸਰਪੰਚ ਜੋ ਸੁਖਵੀਰ ਕੌਰ ਹੈ, ਉਹਦੇ ਨਾਲ ਲਖਵੀਰ ਸਿੰਘ ਅਤੇ 8-10 ਨੌਜਵਾਨ ਸਾਥੀਆਂ ਨੇ ਉਹਦੇ ਘਰ ਵਿੱਚ ਜਾ ਕੇ ਬੜੀ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਕੋਈ ਮਾਮਲਾ ਨਹੀਂ, ਅਸੀਂ ਇੱਥੇ ਅੱਜ ਮੈਡਮ ਜੀ ਆਏ ਨੇ ਸੰਗਰੂਰ ਤੋਂ, ਆਪਣਾ ਐਸਟੀ ਕਮਿਸ਼ਨ ਦੇ ਮੈਂਬਰ ਨੇ ਅਤੇ ਪੂਨਮ ਕਾਂਗੜ ਜੀ, ਅਸੀਂ ਉਹਨਾਂ ਨੂੰ ਮਿਲਣ ਆਏ ਹਾਂ ਜੀ। ਜਿਹੜਾ ਪਰਚਾ ਝੱਲ ਪਿੰਡ ਵਿੱਚ ਹੋਇਆ ਹੈ, ਇਹ ਬਿਲਕੁਲ ਝੂਠਾ ਪਰਚਾ ਕਰਿਆ ਗਿਆ ਜੀ, ਪੰਚਾਇਤ 'ਤੇ ਪਰਚਾ ਕਰਿਆ ਗਿਆ। ਮੈਂਬਰ ਸਾਹਿਬ ਨੇ ਮੇਰੇ ਕਰੀਬ ਘਰ ਵਾਲੀ ਪਤਨੀ ਹੈ, ਆਪਣੇ ਸਰਪੰਚ ਆ ਜੀ ਸੁਖਵੀਰ ਕੌਰ, ਔਰ ਰੰਜਸ ਦੇ ਮਾਮਲੇ 'ਚ ਹੋਇਆ ਜੀ। ਅਸੀਂ ਇਹਨਾਂ ਦੇ ਉੱਥੇ ਕੋਈ ਨਹੀਂ ਗਏ, ਕੋਈ ਅਸੀਂ ਕੁੱਟਮਾਰ ਨਹੀਂ ਕਰੀ, ਕੋਈ ਕੁਛ ਨਹੀਂ ਕੀਤਾ। ਜਿਹੜਾ ਪਰਚਾ 452 ਦਾ ਸਾਡੇ 'ਤੇ ਕਰਵਾਇਆ ਗਿਆ ਹੈ, ਇਹ ਰਾਜਨੀਤਿਕ ਹਿਸਾਬ ਨਾਲ ਕਰਾਇਆ ਗਿਆ ਜੀ। ਐਸਸੀ ਕਮਿਸ਼ਨ ਨੇ ਇਸ ਮਾਮਲੇ 'ਚ ਗ੍ਰਿਫਤਾਰੀਆਂ ਕਰਕੇ 16 ਜਨਵਰੀ ਤੱਕ ਦੇ ਚੰਡੀਗੜ੍ਹ ਦਫ਼ਤਰ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਨੇ। ਮਲੇਰਕੋਟਲਾ ਤੋਂ ਮਨੀਸ਼ ਵਰਮਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਖੰਨਾ 'ਚ ਸਾਇੰਸ ਦੀ ਇੱਕ ਟੀਚਰ ਨੇ ਡਿਪਰੈਸ਼ਨ ਕਾਰਨ ਆਤਮ ਹੱਤਿਆ ਕਰ ਲਈ। ਪਤਾ ਲੱਗਾ ਹੈ ਕਿ ਇਹ ਸਕੂਲ ਅਧਿਆਪਿਕਾ ਆਪਣੀ ਬੇਟੀ ਦੀ PR ਨੂੰ ਲੈ ਕੇ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ। ਡਿਪਰੈਸ਼ਨ ਕਰਕੇ ਲੋਕਾਂ ਦੇ ਦਿਮਾਗ ਤੇ ਜ਼ਿੰਦਗੀ ਤੇ ਕਿੰਨਾ ਬੁਰਾ ਅਸਰ ਪੈਂਦਾ ਹੈ, ਇਸ ਦੀ ਇੱਕ ਤਾਜ਼ਾ ਉਦਾਹਰਣ ਖੰਨਾ 'ਚ ਸਾਹਮਣੇ ਆਈ। ਇੱਥੇ ਇੱਕ ਪ੍ਰਾਈਵੇਟ ਸਕੂਲ ਦੀ ਸਾਇੰਸ ਟੀਚਰ ਨੇ ਆਪਣੇ ਪਤੀ ਦੀ ਲਾਇਸੈਂਸੀ ਰਿਵੋਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਥੋੜਾ ਜਿਹਾ ਦੀਦੀ ਡਿਪਰੈਸ਼ਨ 'ਚ ਸੀਗੇ, ਗੁੜੀਆ ਕਰਕੇ ਨਾ ਥੋੜਾ ਜਿਹਾ ਆਹੀ, ਮਤਲਬ ਲਾ ਲਓ 15-20 ਦਿਨ ਤੋਂ ਇੰਨੇ ਤੋਂ ਜਿਹੜੀ ਜਿਹਨੂੰ ਡੈਥ ਆਪਣੀ ਗੋਲੀ ਮਾਰੀ। ਹਾਂਜੀ ਹਾਂਜੀ, ਰਿਵੋਲਵਰ ਲਾਇਸੈਂਸੀ ਸੀ। ਲਾਇਸੈਂਸੀ ਸੀ ਜੀ। ਕਿਹਦੇ ਨਾਮ ਤੇ? ਜੀਜਾਈ ਦੇ ਨਾਮ ਤੇ। ਤੇ ਉਹਦਾ ਇਲਾਜ ਵਗੈਰਾ ਵੀ ਚੱਲ ਰਿਹਾ ਸੀ ਇੱਥੇ? ਹਾਂਜੀ, ਪਟਿਆਲੇ ਤੋਂ। ਅੱਛਾ ਜੀ, ਪਟਿਆਲੇ ਮੈਡੀਸਨ ਲੈ ਕੇ ਆਉਂਦੇ? ਕਿੰਨੀ ਦੇਰ ਤੋਂ ਚੱਲ ਰਿਹਾ ਸੀ ਇਲਾਜ? ਤਕਰੀਬਨ 1-2 ਮਹੀਨੇ ਹੋ ਗਏ ਜੀ। ਥੋੜ੍ਹੀ ਜਿਹੀ ਬੱਚੇ ਦੀ PR ਕਰਕੇ ਟੈਂਸ਼ਨ ਲੈ ਗਏ ਸੀ ਦੀਦੀ, ਬਸ ਉਹਦੇ ਕਰਕੇ ਜੀ। ਵਰਕ ਪਰਮਿਟ ਲੱਗ ਗਿਆ ਗੁੜੀਆਂ ਨੂੰ, ਪਹਿਲੇ ਲੱਗਿਆ ਨਹੀਂ ਸੀ, ਫਿਰ ਲੱਗ ਗਿਆ। ਬਸ ਉਹ ਕਹਿ ਲਓ ਇੱਕੋ ਇੱਕ ਕੁੜੀ ਹੋਣ ਕਰਕੇ ਟੈਂਸ਼ਨ ਲੈ ਗਏ ਜੀ, ਬਸ ਬੱਚੇ ਦੇ ਕਰਕੇ। ਥੋੜ੍ਹਾ ਜਿਹਾ ਬੱਚੇ ਨੂੰ ਮਤਲਬ ਹੌਂਸਲਾ ਦੇਣ ਦੀ ਬਜਾਏ ਆਉਣਾ ਵੀ ਸਮਝਾਉਣਾ ਵੀ ਦੀਦੀ ਟੈਂਸ਼ਨ ਨਾ ਲਓ, ਸਭ ਠੀਕ ਹੋ ਜਾਣਾ। ਜਦ ਗੁੜੀਆ ਇੰਨੀ ਇੰਟੈਲੀਜੈਂਟ ਹੈ, ਪੜ੍ਹ ਲਿਖ ਕੇ ਗਈ ਹੈ ਜੀ ਉੱਥੇ, ਆਪਣੇ ਬਿਹਾਫ 'ਤੇ ਗਈ ਜੀ। ਇਸ ਘਟਨਾ ਬਾਰੇ ਮ੍ਰਿਤਕਾਂ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਭੈਣ ਕੁਝ ਦਿਨਾਂ ਤੋਂ ਆਪਣੀ ਬੇਟੀ ਨੂੰ ਲੈ ਕੇ ਚਿੰਤਾ 'ਚ ਸੀ ਅਤੇ ਉਸਦਾ ਇਲਾਜ ਵੀ ਚੱਲ ਰਿਹਾ ਸੀ। ਅਤੇ ਸਾਨੂੰ ਸਵੇਰੇ 7:45 ਇਨਫੋਰਮੇਸ਼ਨ ਮਿਲੀ ਹੈ ਜੀ, ਇੱਕ ਔਰਤ ਲੇਡੀ ਸੀ, ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਵਿੱਚ ਟੀਚਰ ਲੱਗੇ, ਲੈਕਚਰਰ ਲੱਗੇ ਨੇ, ਉਹਨਾਂ ਨੇ ਆਪਣੇ ਹਸਬੈਂਡ ਦੇ ਸਰਵਿਸ ਆਪਣੇ ਰਿਵਾਲਵਰ ਦੇ ਨਾਲ ਸੁਸਾਈਡ ਕਰ ਲਈ। ਅਸੀਂ ਮੌਕੇ 'ਤੇ ਗਏ ਹਾਂ, ਮਿਲਾਇਆ ਮੌਕਾ ਕੀਤਾ, ਡੈੱਡ ਬੋਡੀ ਨੂੰ ਉਠਾ ਕੇ ਉੱਥੋਂ ਮੌਕੇ ਤੋਂ ਮੌਜਰੀ 'ਚ ਰਖਵਾਇਆ ਅਤੇ ਪੇਰੈਂਟਸ ਦੇ ਬਿਆਨ ਲੈ ਕੇ ਉਹਨੇ ਅਗਲੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਪਤਾ ਲੱਗਾ ਵੀ ਜਿਹੜੀ ਲੇਡੀਜ਼ ਹੈ ਡਿਪਰੈਸ਼ਨ ਦੀ ਪੇਸ਼ੈਂਟ ਸੀ ਅਤੇ ਇਹਦੇ ਨਾਲ ਲੜਕੀ ਕੈਨੇਡਾ ਗਈ ਹੋਈ ਆ, ਉਹਦੇ ਵਿਯੋਗ ਦੇ ਵਿੱਚ ਉਹਨੇ ਸ਼ਾਇਦ ਇਹ ਸਟੈਪ ਚੁੱਕਿਆ, ਬਾਕੀ ਜਿਹੜੀ ਹੈ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਹੁੰਦੀ। ਉੱਥੇ ਇਸ ਘਟਨਾ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਮਹਿਲਾ ਦੇ ਸੁਸਾਈਡ ਦੀ ਜਾਣਕਾਰੀ ਮਿਲੀ ਸੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਮੋਗਾ ਬਰਨਾਲਾ ਰੋਡ ਤੇ ਪਿੰਡ ਲੋਹਾਰਾਂ ਦੇ ਨਜ਼ਦੀਕ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ। ਇਸ ਕਾਰ ਵਿੱਚ ਡਰਾਈਵਰ ਸਮੇਤ 6 ਲੋਕ ਸਵਾਰ ਸਨ, ਪਰ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਮੋਗਾ ਬਰਨਾਲਾ ਹਾਈਵੇ ਤੇ ਪਿੰਡ ਲੋਹਾਰਾ ਦੇ ਨਜ਼ਦੀਕ ਅਚਾਨਕ ਇੱਕ ਜਲਦੀ ਕਾਰ ਨੂੰ ਅੱਗ ਲੱਗੀ। ਕਾਰ ਦੇ ਵਿੱਚ ਡਰਾਈਵਰ ਦੇ ਸਮੇਤ ਕੁੱਲ 5 ਮੈਂਬਰ ਮੌਜੂਦ ਸੀ, ਜੋ ਕਿ ਆਪਣੀ ਬੇਟੀ ਨੂੰ ਲੋਹੜੀ ਦੇਣ ਦੇ ਲਈ ਜਾ ਰਹੇ ਸੀ, ਜਿਸ ਦੇ ਬਾਅਦ ਅਚਾਨਕ ਕਾਰ ਨੂੰ ਅੱਗ ਲੱਗੀ। ਆਸ-ਪਾਸ ਦੇ ਲੋਕਾਂ ਦੇ ਵੱਲੋਂ ਕਾਰ 'ਚ ਲੱਗੀ ਅੱਗ ਨੂੰ ਬੁਝਾਇਆ ਗਿਆ ਤੇ ਕਾਰ 'ਚ ਸਵਾਰ 6 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਾਂਜੀ ਬਾਈ ਜੀ, ਅਸੀਂ ਨਾ ਜਿਵੇਂ ਕਿ ਗੱਡੀ ਨੂੰ ਅੱਗ ਲੱਗੀ ਆ, 6:50 ਤੇ ਅੱਗ ਲੱਗੀ ਆ ਜੀ। ਅਸੀਂ ਉਦੋਂ ਕੋਈ 5 ਮਿੰਟ ਮਗਰੋਂ ਜਸਪ੍ਰੀਤ ਦਾ ਮੈਨੂੰ ਫੋਨ ਆਇਆ ਜੀ, ਕਹਿੰਦਾ ਵੀ ਲੁਹਾਰੇ ਵਾਲੇ ਪੁਲ 'ਤੇ ਨਾ ਗੱਡੀ ਨੂੰ ਅੱਗ ਲੱਗੀ ਹੋਈ ਹੈ ਜੀ। ਅਸੀਂ ਮੈਡੀਕਲ 'ਤੇ ਜਿੰਨੇ ਵੀ ਮੁੰਡੇ ਬੈਠੇ ਸਾਰੇ ਭੱਜ ਕੇ ਆਏ ਜੀ, ਗੱਡੀ ਪੂਰੀ ਲਾਪਟਾਂ ਨਾਲ ਮੱਚ ਰਹੀ ਸੀ ਜੀ। ਸਾਰਾ ਪਰਿਵਾਰ ਇਹ ਵੈਸੇ ਆ ਕੇ ਅਸੀਂ ਬਾਰ ਬਾਰ ਦਮਾ ਦਮ ਕੱਢਿਆ ਜੀ ਵਿੱਚ। ਇਹ 3 ਜਣੇ ਬੱਚੇ ਸੀਗੇ ਜੀ, ਇਹਨਾਂ ਦੀ ਵਾਈਫ ਸੀ, ਬਾਈ ਸੀਗਾ ਅਤੇ ਨਾਲ ਡਰਾਈਵਰ ਸੀ, 6 ਜਣੇ ਸੀ ਜੀ। ਇਹ ਮੋਗੇ ਤੋਂ ਬਰਨਾਲੇ ਜਾ ਰਹੇ ਸੀਗੇ ਜੀ ਫੰਕਸ਼ਨ 'ਤੇ ਜੀ। ਦੱਸਦੀ ਕਿ ਮੋਗਾ ਬਰਨਾਲਾ ਹਾਈਵੇ ਤੇ ਪਿੰਡ ਲੋਹਾਰਾ ਦੇ ਨਜ਼ਦੀਕ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗੀ। ਕਾਰ ਦੇ ਵਿੱਚ ਡਰਾਈਵਰ ਦੇ ਸਮੇਤ ਇੱਕੋ ਪਰਿਵਾਰ ਦੇ 5 ਮੈਂਬਰ ਮੌਜੂਦ ਸੀ, ਜੋ ਕਿ ਆਪਣੀ ਬੇਟੀ ਨੂੰ ਲੋਹੜੀ ਦੇਣ ਦੇ ਲਈ ਜਾ ਰਹੇ ਸੀ। ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਜੌਹਰਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਸੜਕ ਕਿਨਾਰੇ ਕਨੋਪੀ ਲਗਾ ਕੇ ਸਮਾਨ ਵੇਚ ਰਹੇ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਵਿਦੇਸ਼ ਜਾਣਾ ਭਾਵੇਂ ਕੋਈ ਮਾੜੀ ਗੱਲ ਨਹੀਂ, ਪਰ ਇੱਥੇ ਰਹਿ ਕੇ ਵੀ ਜੇਕਰ ਮਿਹਨਤ ਕੀਤੀ ਜਾਵੇ ਤਾਂ ਵਧੀਆ ਗੁਜ਼ਾਰਾ ਹੋ ਸਕਦਾ ਹੈ। ਜਲੰਧਰ ਲੁਧਿਆਣਾ ਰੋਡ 'ਤੇ ਇਸ ਵੇਲੇ ਅਸੀਂ ਖੜ੍ਹੇ ਹਾਂ ਅਤੇ ਇੱਕ ਕਨੋਪੀ ਲੱਗੀ ਹੋਈ ਹੈ, ਉਹਦੇ ਵਿੱਚ ਚਸ਼ਮੇ ਨੇ, ਟੋਪੀਆਂ ਨੇ, ਮਫਰਲ ਨੇ, ਦਸਤਾਨੇ ਨੇ, ਕਿਉਂਕਿ ਸਰਦੀਆਂ ਦੇ ਦਿਨਾਂ 'ਤੇ ਇਹਨਾਂ ਚੀਜ਼ਾਂ ਦੀ ਆਮ ਲੋਕਾਂ ਨੂੰ ਜ਼ਰੂਰਤ ਰਹਿੰਦੀ ਹੈ, ਖਾਸ ਕਰ ਜਿਹੜੇ 2-ਵੀਲਰ 'ਤੇ ਚੱਲਦੇ ਨੇ। ਅਤੇ ਕੰਮ ਕਰਨ ਵਾਲਾ ਜਿਹੜਾ ਨੌਜਵਾਨ ਹੈ ਬੜਾ ਹੀ ਖੁਸ਼ ਹੈ ਆਪਣੇ ਕੰਮ ਤੋਂ ਔਰ ਬੜੀ ਜ਼ਿੰਦਾ ਦਿਲੀ ਨਾਲ ਕੰਮ ਕਰ ਰਿਹਾ, ਤੁਹਾਨੂੰ ਮਿਲਾਵਾਂਗੇ ਉਹਦੇ ਨਾਲ। ਕੀ ਨਾਂ ਜੀ ਤੁਹਾਡਾ? ਸਰ ਮੇਰਾ ਨਾਮ ਆਸ਼ੀਸ਼ ਆ। ਆਸ਼ੀਸ਼ ਜੀ, ਕਦੋਂ ਤੋਂ ਕਰ ਰਹੇ ਹੋ ਇਹ ਕੰਮ? ਸਰ ਮੈਨੂੰ ਘੱਟ ਤੋਂ ਘੱਟ 7-8 ਸਾਲ ਹੋ ਗਏ ਆ। ਅਤੇ ਕਿੰਨੀ ਕੁ ਦਿਹਾੜੀ ਬਣਾ ਲੈਂਦੇ ਹੋ? ਸਰ ਮੇਰੀ ਰੋਜ਼ ਦੀ 1,000-1,500 ਇੱਦਾਂ ਬਣ ਜਾਂਦੇ ਆ। ਅਤੇ ਖੁਸ਼ ਹੋ ਤੁਸੀਂ ਆਪਣੇ ਕੰਮ? ਹਾਂਜੀ ਹਾਂਜੀ, ਬਹੁਤ ਵਧੀਆ, ਬਿਲਕੁਲ। ਅਤੇ ਜਿਹੜੇ ਅੱਜ ਕੱਲ੍ਹ ਤੁਸੀਂ ਵੀ ਨੌਜਵਾਨ ਹੋ, ਤੁਹਾਡੇ ਨਾਲ ਹੋਰ ਵੀ ਨੌਜਵਾਨ ਇੱਥੇ ਹੋਣਗੇ ਤੁਹਾਡੇ ਆਦ ਵਾਲੇ, ਜਿਹੜੇ ਕਿ ਪੜ੍ਹ ਲਿਖ ਕੇ ਕਹਿੰਦੇ ਕਿ ਅਸੀਂ ਬਾਹਰ ਚਲੇ ਜਾਣਾ, ਕੈਨੇਡਾ ਚਲੇ ਜਾਣਾ, ਕੀ ਕਹੋਗੇ ਉਹਨਾਂ ਨੂੰ? ਜੇ ਸਰ ਕੋਈ ਵਧੀਆ ਏਜੰਟ ਹੋਵੇ ਜਿਹੜਾ 1 ਨੰਬਰ ਹੀ ਹੋਵੇ, ਫਿਰ ਤਾਂ ਬੰਦਾ ਜਾਵੇ, ਕੋਈ ਪ੍ਰੋਬਲਮ ਨਹੀਂ ਆ। ਬਾਕੀ ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਲੋਕ ਚਲ ਜਾਂਦੇ ਕਿਤੇ, ਕਹਿੰਦੇ ਕਿ ਵਧੀਆ ਕੰਟਰੀ ਭੇਜਣਾ, ਭੇਜ ਦਿੰਦੇ ਦੁਬਈ, ਕਤਰ, ਅਲੱਗ ਅਲੱਗ ਜਗ੍ਹਾ ਭੇਜ ਦਿੰਦੇ, ਉਹ ਫਿਰ ਸਹੀ ਨਹੀਂ ਆ ਉਹ ਚੀਜ਼, ਹੈ ਨਾ। ਅਤੇ ਹਰ ਕੋਈ ਨੌਜਵਾਨ ਜਿੰਨੇ ਨੇ ਸਾਰੇ ਕਹਿੰਦੇ ਕਿ ਅਸੀਂ ਬਾਹਰ ਜਾਣਾ, ਕੀ ਸਾਰਿਆਂ ਵਾਸਤੇ ਹੀ ਜਾਣਾ ਜ਼ਰੂਰੀ ਹੈ ਜਾਂ ਇੱਥੇ ਰਹਿ ਕੇ ਵੀ ਕੁਝ ਕੀਤਾ ਜਾ ਸਕਦਾ? ਰਹਿ ਕੇ ਵੀ ਕਰ ਸਕਦੇ ਆ ਕੰਮ। ਮੈਂ ਵੀ ਜਿੱਦਾਂ ਹੁਣ ਪਲੱਸ 2 ਕੀਤੀ ਆ, ਮੈਂ ਜੋਬ ਵੀ ਪਹਿਲਾਂ ਕਰਦਾ ਸੀਗਾ, ਫਿਰ ਛੱਡ ਕੇ ਮੈਂ ਆਪਣਾ ਕੰਮ ਸ਼ੁਰੂ ਕਰਤਾ। ਤੁਸੀਂ ਸੋਚਿਆ ਨਹੀਂ ਕਦੀ ਕਿ ਮੈਂ ਵੀ ਬਾਹਰ ਜਾਵਾਂ ਜਾਂ ਕੈਨੇਡਾ ਜਾਣ ਦਾ ਮੌਕਾ ਮਿਲੇ ਜੇ ਤੁਹਾਨੂੰ, ਤਾਂ ਜਾਓਗੇ? ਨਹੀਂ ਨਹੀਂ ਸਰ, ਮੇਰਾ ਮੈਂ ਇੱਥੇ ਹੀ ਖੁਸ਼ ਹਾਂ। ਹਾਂਜੀ ਹਾਂਜੀ, ਇੱਥੇ ਹੀ ਖੁਸ਼ ਹਾਂ ਮੈਂ। ਪੈਸੇ ਬਹੁਤ ਲੱਗ ਜਾਂਦੇ ਆ ਬਾਹਰ ਜਾਣ? ਹਾਂਜੀ ਹਾਂਜੀ, ਲੱਗ ਜਾਂਦੇ ਆ। ਤੇ ਜੇ ਮੰਨ ਲਓ ਉਹਨੇ ਕਿ ਪੈਸੇ ਤੁਹਾਨੂੰ ਮਿਲ ਹੀ ਜਾਣ, ਹਾਂਜੀ, ਤੇ ਜਾਓਗੇ? ਨਹੀਂ ਨਹੀਂ, ਫਿਰ ਵੀ ਨਹੀਂ ਜਾਵਾਂਗਾ, ਫਿਰ ਵੀ ਇੱਥੇ ਵੱਡਾ ਬਿਜ਼ਨਸ ਕਰਾਂਗਾ ਮੈਂ ਕੋਈ। ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਮੇਰੇ ਪਰਿਵਾਰ 'ਚ ਮੰਮੀ ਆ, ਡੈਡੀ ਆ ਅਤੇ ਮੇਰਾ ਛੋਟਾ ਭਰਾ ਹੈਗਾ ਅਤੇ ਮੈਂ। ਅਤੇ ਅੱਛੀ ਦਿਹਾੜੀ ਤੁਹਾਡੀ ਬਣ ਜਾਂਦੀ ਤੁਸੀਂ ਕਹਿੰਦੇ ਹੋ, ਅਤੇ ਬ੍ਰਦਰ ਤੁਹਾਡਾ ਕੀ ਕਰਦਾ? ਮੇਰਾ ਬ੍ਰਦਰ ਵੀ ਸ਼ੋਪ ਲਾਉਂਦਾ ਇੱਦਾਂ ਜੀ, ਸ਼ੋਪ ਹੈਗੀ ਇਸ ਤਰ੍ਹਾਂ ਦੇ ਕੰਮ। ਹਾਂਜੀ ਹਾਂਜੀ ਸਰ, ਵਧੀਆ ਗੁਜ਼ਾਰਾ ਹੋ ਜਾਂਦਾ ਜੀ, ਬਿਲਕੁਲ ਸਰ। ਫੈਮਿਲੀ ਖੁਸ਼ ਆ ਤੁਹਾਡੀ? ਸਾਰੇ ਖੁਸ਼ ਆ ਜੀ। ਫੈਮਿਲੀ ਇਹ ਨਹੀਂ ਕਹਿੰਦੀ ਕਿ ਜੇ ਸਾਡਾ ਮੁੰਡਾ ਬਾਹਰ ਗਿਆ ਹੁੰਦਾ ਤਾਂ ਇਹਦੇ ਨਾਲੋਂ ਜ਼ਿਆਦਾ ਕਮਾਈ ਕਰਦਾ? ਨਹੀਂ ਨਹੀਂ, ਉਹ ਕਹਿੰਦੇ ਸਾਡੇ ਕੋਲ ਹੀ ਰਹੋ, ਕੋਲ ਰਹਿ ਕੇ ਵਧੀਆ ਕਮਾਈ, ਕੋਲ ਰਹਿ ਕੇ ਵਧੀਆ ਹੋ ਰਹੀ ਹੈ, ਬਿਲਕੁਲ। ਅਤੇ ਚਲੋ, ਜਿਹੜੇ ਜਾਣਾ ਚਾਹੁੰਦੇ ਨੇ ਜਾਂ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਉਹਨਾਂ ਨੂੰ ਇਹੀ ਕਿ ਜੇ ਜਾਵੇ ਤਾਂ ਫਿਰ ਸਹੀ ਆ, ਬਾਕੀ ਗਲਤ ਜਗ੍ਹਾ ਨਾ, ਕਿ ਵਧੀਆ ਏਜੰਟ ਹੋਵੇ ਕੋਈ, ਫਿਰ ਹੀ ਜਾਵੇ, ਫਿਰ ਹੀ ਸਹੀ। ਅੱਛਾ, ਕੁਝ ਪੰਜਾਬੀ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਛੋਟੇ ਕੰਮ ਕਰਕੇ ਰਾਜ਼ੀ ਨਹੀਂ ਹੈ, ਉਹ ਚਾਹੁੰਦੇ ਆ ਕਿ ਬਾਹਰ ਜਾ ਕੇ ਕੁਝ ਵਧੀਆ ਹੀ ਕੰਮ ਕਰੀਏ, ਉਹਨਾਂ ਬਾਰੇ ਕੀ ਖਿਆਲ ਰੱਖਦੇ ਹੋ ਤੁਸੀਂ? ਦੇਖੋ ਸਰ, ਸਭ ਤੋਂ ਪਹਿਲਾਂ ਤਾਂ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਮਿਹਨਤ ਹੁੰਦੀ ਆ। ਜੇ ਤੁਸੀਂ ਮਿਹਨਤ ਕਰਿਆ, ਜੇ ਤੁਹਾਡਾ ਬੈਕ ਵਧੀਆ ਹੈਗੀ ਤਾਂ ਵੱਡਾ ਕੰਮ ਕਰ ਲਓ, ਜੇ ਬੈਕ ਨਹੀਂ ਹੈ ਇੰਨੀ ਤਾਂ ਛੋਟੇ ਕੰਮ 'ਤੇ ਸਟਾਰਟਿੰਗ ਕਰ ਸਕਦੇ ਹੋ, ਬਾਕੀ ਮਿਹਨਤ ਤਾਂ ਹੈਗੀ ਆ। ਅਤੇ ਇਹਨਾਂ ਦਾ ਕਹਿਣਾ ਹੈ ਜੀ, ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਇੱਥੇ ਰਹਿ ਕੇ ਵੀ ਵਧੀਆ ਕੰਮ ਕੀਤਾ ਜਾ ਸਕਦਾ, ਬਸ਼ਰਤੇ ਜੇ ਤੁਹਾਡਾ ਏਜੰਟ ਇਮਾਨਦਾਰ ਹੈ, 1 ਨੰਬਰ ਦਾ ਅਤੇ ਵਧੀਆ ਜਗ੍ਹਾ ਭੇਜ ਰਿਹਾ, ਅਤੇ ਬਾਹਰ ਜਾਣਾ ਵੀ ਮਾੜੀ ਗੱਲ ਨਹੀਂ। ਕੈਮਰਾਮੈਨ ਯੋਗੇਸ਼ ਦੇ ਨਾਲ ਸੰਜੀਵ ਮੰਗੋਤਾ, ਦੈਨਿਕ ਸਵੇਰਾ ਟੀਵੀ, ਜਲੰਧਰ। ਬਰਨਾਲਾ ਵਿਖੇ ਕੁਝ ਕਾਰ ਚਾਲਕਾਂ ਨੇ ਇੱਕ ਆਟੋ ਚਾਲਕ ਤੇ ਆਟੋ ਵਿੱਚ ਬੈਠੀਆਂ ਸਵਾਰੀਆਂ ਦੀ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਾਹਨਾਂ ਦੀ ਆਪਸੀ ਟੱਕਰ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਕਾਰ ਚਾਲਕ ਨੌਜਵਾਨਾਂ ਨੇ ਆਟੋ ਚਾਲਕ ਤੇ ਆਟੋ ਵਿੱਚ ਬੈਠੀਆਂ ਸਵਾਰੀਆਂ ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਰਨਾਲਾ ਚ ਗੁੰਡਾਗਰਦੀ ਦਾ ਨੰਗਾ ਨਾਚ ਉਦੋਂ ਵੇਖਣ ਨੂੰ ਮਿਲਿਆ ਜਦੋਂ ਆਟੋ ਚਾਲਕ ਅਤੇ ਕਾਰ ਸਵਾਰ ਯੁਵਕਾਂ ਵਿੱਚ ਜ਼ਬਰਦਸਤ ਲੜਾਈ ਹੋਈ ਤੇ ਇਹ ਲੜਾਈ ਇੰਨੀ ਵਧੀ ਕਿ ਗੱਲ ਤਲਵਾਰਾਂ ਤੱਕ ਚੱਲ ਗਈ। ਉੱਥੇ ਹੀ ਜ਼ਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਆਟੋ ਚਾਲਕ ਦਾ ਕਹਿਣਾ ਹੈ ਕਿ ਆਟੋ ਦੀ ਕਾਰ ਨਾਲ ਜਦੋਂ ਟੱਕਰ ਹੋਈ ਤਾਂ ਕਾਰ ਚਾਲਕਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਤੇ ਉਸਦੇ ਕੰਨ ਦੀ ਵਾਲੀ ਤੇ ਪੈਸੇ ਲੈ ਕੇ ਭੱਜ ਗਏ। ਗੁਰਪ੍ਰੀਤ ਮੇਰਾ ਨਾਮ ਆ ਜੀ। ਬਸ ਆਟੋ ਲੈ ਕੇ ਨਿਕਲ ਰਿਹਾ ਸੀ, ਸਵਾਰੀ ਦਾ ਰਿਹਾ ਸੀ, ਉਹਨਾਂ ਨੇ ਕੁਲਾ ਤੇ ਬ੍ਰੇਕ ਮਾਰੇ, ਮੈਂ ਆਪਣੀ ਉਹਦਾ ਬਚਾਅ ਗੱਡੀ ਦਾ ਬਚਾਅ ਉਹਦਾ ਲਗਾਉਣਾ, ਕੰਨ ਨਾਲ ਵੀ ਲਾਤੀ ਆਟੋ ਫੜ ਗਈ ਇਹਨਾਂ ਦੀ, ਆਟੋ ਨਾਲ ਗੱਡੀ ਮੇਰੀ ਲੱਗ ਗਈ ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜਿਹੜਾ ਤੁਹਾਡਾ ਨੁਕਸਾਨ ਹੈ ਮੈਂ ਨੁਕਸਾਨ ਕਰ ਦਿਆਂ, ਜੇ ਤੁਸੀਂ ਅੱਜ ਜ਼ਿਆਦਾ ਕੋਈ ਆਪਾਂ ਦੁਹਾਰ ਦੀ ਕਰ ਦਿੰਦੇ। ਬਸ ਇੰਨੀਆਂ ਜੀ ਕੁਛ ਨਹੀਂ ਸੁਣਿਆ, ਇਹਨਾਂ ਨਾਲ ਸਵਾਰੀ ਦਾ ਥੱਪੜ ਥੁੱਪੜ ਮਾਰੇ ਨਾਲ ਮੇਰੇ ਮਾਰੇ ਅਤੇ ਮੇਰੇ ਕੰਨ ਦੀ ਵਾਲੀ ਵੱਟ ਲਈ ਅਤੇ ਮੇਰੇ ਪੈਸੇ ਪੈ ਗਏ ਅਤੇ ਪੈਸੇ ਲੈ ਗਏ ਅਤੇ ਇਸ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਫੋਨ ਕੀਤਾ, ਮੈਂ ਕਿਹਾ ਮੈਂ ਤੂੰ ਵੀ ਇੱਦਾਂ ਕਰਕੇ ਗੱਲ ਕਰਕੇ ਗੱਲ ਕਰੀ ਤੂੰ ਮੈਨੂੰ ਪੈਸੇ ਬੁਲਾਇਆ ਜੀ। ਬਸ ਇੰਨੇ ਟਾਈਮ ਸੀ ਉਹ ਪਤਾ ਨਹੀਂ ਲੱਗਿਆ ਵੀ ਕਿੱਧਰੋਂ ਕਿੱਧਰੋਂ ਆਏ, ਫਿਕਰਪਾਨਾ ਸੀ ਉਹਨਾਂ ਕੋਲ, ਮੇਰੇ ਬੱਸ ਦੇ ਵਿੱਚ 21,000 ਰੁਪਈਆ ਸੀ ਅਤੇ ਮੇਰੀ ਬਾਲੀ ਵੀ ਕੰਨ ਦੀ ਪੱਟੀ ਆ, ਚੈਨ ਵੀ ਤੋੜ ਰਹੇ ਸੀ, ਉਹ ਨਸੀਏ ਸੀ, ਮੈਡੀਕਲ ਨਸ਼ਾ ਕਰਦੇ। ਬਸ ਇੱਕ ਉਹਨਾਂ ਨੂੰ ਇਹੀ ਹੌਸਲਾ ਵੀ ਉਹਨਾਂ ਦੇ ਮਾਂ ਪਿਓ ਜਾਂ ਉਹਨਾਂ ਦੀ ਸਿਸਟਰ ਸਰਕਾਰੀ ਮੁਲਾਜ਼ਮ ਆ ਪੰਜਾਬ ਪੁਲਿਸ, ਇਹਦੇ ਹੌਸਲੇ ਦੇ ਵਿੱਚ ਹੀ ਕਰਦੇ ਨੇ। ਇਹ ਵੀ ਜਗਜੀਤ ਸਿੰਘ ਵਗੈਰਾ ਦਾ ਆਟੋ ਬੈਟਰੀ ਵਾਲਾ, ਉਹ ਪਿੱਛੇ ਜਾਂਦਾ ਸੀ ਅਤੇ ਗੱਡੀ ਦੇ ਅਗਲੇ ਪਾਸੇ ਜਿੰਨ ਕਾਰ ਜਾਂਦੀ ਸੀਗੀ, ਜਿੰਨ ਕਾਰ ਵਾਲਾ ਜਿਹੜੇ ਸੀਗੇ ਉਹਨਾਂ ਨਾਲ ਗੱਡੀ ਪੁਲ ਉਤਰਦਿਆਂ ਆਪਸ ਵਿੱਚ ਟਕਰਾ ਗਈ, ਜਿੰਨ ਕਾਰ ਨੇ ਅੱਗੋਂ ਬ੍ਰੇਕਾਂ ਮਾਰਤੀ, ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ। ਮੌਕੇ 'ਤੇ ਪੁਲਿਸ ਪਹੁੰਚ ਕੇ ਇਹਨਾਂ ਦੋਨਾਂ ਨੂੰ ਸਥਿਤੀ ਨੂੰ ਕਾਬੂ ਕਰ ਲਿਆ, ਪਰ ਆਟੋ ਵਾਲਿਆਂ ਦੇ ਜਿਹੜੇ ਉਹ ਸੱਟਾਂ ਗੰਭੀਰ ਦੱਸਦੇ ਨੇ, ਹਜੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਇਹੋ ਜਿਹੀ ਨਹੀਂ ਆਈ। ਸਾਡਾ ਡਿਊਟੀ ਅਫਸਰ ਮੌਕੇ 'ਤੇ ਗਿਆ ਹੋਇਆ, ਉਹ ਹਸਪਤਾਲ ਵੀ ਜਾ ਕੇ ਸਾਰੀ ਸਥਿਤੀ ਨੂੰ ਦੇਖਦਾ, ਰੁਕਾ ਆਉਣ 'ਤੇ ਅਗਲੀ ਕਾਰ ਵੀ ਜਿਸ ਦਾ ਵੀ ਕਸੂਰ ਹੋਊਗਾ ਉਹ ਤੁਰੰਤ ਐਕਸ਼ਨ ਕੀਤਾ ਜਾਊਗਾ, ਜਾਂਚ ਹੋਊਗੀ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਆਟੋ ਤੇ ਕਾਰ ਦੀ ਟੱਕਰ ਤੋਂ ਬਾਅਦ ਦੋ ਧਿਰਾਂ 'ਚ ਲੜਾਈ ਹੋਈ ਤੇ ਤਲਵਾਰਾਂ ਨਾਲ ਯੁਵਕਾਂ ਨੂੰ ਜ਼ਖਮੀ ਕੀਤਾ ਗਿਆ ਤੇ ਕਾਰ ਚਾਲਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਆਰੋਪੀਆਂ ਨੂੰ ਫੜ ਲਿਆ ਜਾਏਗਾ। ਬਰਨਾਲਾ ਤੋਂ ਹਿਮਾਂਸ਼ੂ ਦੂਆ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।